ਆਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਖੇਤਾਂ ਦੇ ਵਿੱਚ ਜਦੋਂ ਇਹ ਨੌਜਵਾਨ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਇਸ ਦੇ ਉੱਤੇ ਬਿਜਲੀ ਡਿੱਗ ਜਾਂਦੀ ਹੈ। ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਨੌਜਵਾਨ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ। ਦਰਅਸਲ ਖੇਤਾਂ ਦੇ ਵਿੱਚ ਆਲੂ ਜੋ ਨੇ ਉਹ ਕੱਢੇ ਗਏ ਸੀ ਤੇ ਆਲੂ ਦੀਆਂ ਢੇਰੀਆਂ ਖੇਤਾਂ ਦੇ ਵਿੱਚ ਪਈਆਂ ਸੀ, ਪਰ ਅਚਾਨਕ ਹੀ ਬੱਤਲ ਹੋ ਜਾਂਦਾ, ਗਰਜ ਚਮਕ ਹੋਣ ਲੱਗ ਗਈ ਤੇ ਇਹ ਨੌਜਵਾਨ ਕਿਸਾਨ ਕਿਹਾ ਜਾ ਰਿਹਾ ਕਿ ਤਰਪਾਲਾ ਲੈ ਕੇ ਜਦੋਂ ਆਲੂ ਦੀਆਂ ਢੇਰੀਆਂ ਨੂੰ ਢੱਕਣ ਲੱਗਦਾ ਤਾਂ ਇਸ ਦੇ ਉੱਪਰ ਹੀ ਆ ਕੇ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਕਿਹਾ ਜਾ ਰਿਹਾ ਕਿ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਦੀਆਂ ਲਪਟਾਂ ਵੀ ਦੇਖੀਆਂ ਗਈਆਂ ਨੇ। ਮੌਕੇ ਦੇ ਉੱਤੇ ਜੋ ਇਸ ਦੇ ਨਾਲ ਹੁੰਦੇ ਨੇ ਉਹਨਾਂ ਦੇ ਵੱਲੋਂ ਤੁਰੰਤ ਪਾਣੀ ਪਾ ਕੇ ਇਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ ਤੇ ਨੌਜਵਾਨ ਦੀ ਮੌਤ ਹੋ ਗਈ ਸੀ। ਤਾਂ ਦੱਸ ਦਈਏ ਕਿ 21 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ। ਖੇਤਾਂ ਦੇ ਵਿੱਚ ਕੰਮ ਕਰਦੇ ਸਮੇਂ ਆਸਮਾਨੀ ਬਿਜਲੀ ਡਿੱਗੀ ਹੈ। ਹਾਲਾਂਕਿ ਮਾਮਲਾ ਕਪੂਰਥਲਾ ਦੇ ਸਿੰਧਵਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ 21 ਸਾਲ ਦਾ ਨੌਜਵਾਨ ਜਦੋਂ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਦੇ ਉੱਤੇ ਅਚਾਨਕ ਹੀ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ। ਕਿਹਾ ਜਾ ਰਿਹਾ ਕਿ ਸਿਰ ਦੇ ਉੱਪਰੋਂ ਆਸਮਾਨੀ ਬਿਜਲੀ ਡਿੱਗਦੀ ਹੈ ਤੇ ਪੈਰਾਂ ਦੇ ਰਾਹੀਂ ਆਸਮਾਨੀ ਬਿਜਲੀ ਬਾਹਰ ਨਿਕਲਦੀ ਹੈ ਤੇ ਨੌਜਵਾਨ ਇਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ। ਤਾਂ 21 ਸਾਲ ਦੇ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਆਸਮਾਨੀ ਬਿਜਲੀ ਡਿੱਗਣ ਦੇ ਨਾਲ। ਆਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਖੇਤਾਂ ਦੇ ਵਿੱਚ ਜਦੋਂ ਇਹ ਨੌਜਵਾਨ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਇਸ ਦੇ ਉੱਤੇ ਬਿਜਲੀ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਨੌਜਵਾਨ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ। ਦਰਅਸਲ ਖੇਤਾਂ ਦੇ ਵਿੱਚ ਆਲੂ ਜੋ ਨੇ ਉਹ ਕੱਢੇ ਗਏ ਸੀ ਤੇ ਆਲੂ ਦੀਆਂ ਢੇਰੀਆਂ ਖੇਤਾਂ ਦੇ ਵਿੱਚ ਪਈਆਂ ਸੀ, ਪਰ ਅਚਾਨਕ ਹੀ ਬੱਤਲ ਹੋ ਜਾਂਦਾ, ਗਰਜ ਚਮਕ ਹੋਣ ਲੱਗ ਗਈ ਤੇ ਇਹ ਨੌਜਵਾਨ ਕਿਸਾਨ ਕਿਹਾ ਜਾ ਰਿਹਾ ਕਿ ਤਰਪਾਲਾ ਲੈ ਕੇ ਜਦੋਂ ਆਲੂ ਦੀਆਂ ਢੇਰੀਆਂ ਨੂੰ ਢੱਕਣ ਲੱਗਾ ਤਾਂ ਇਸ ਦੇ ਉੱਪਰ ਹੀ ਆ ਕੇ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਕਿਹਾ ਜਾ ਰਿਹਾ ਕਿ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਦੀਆਂ ਲਪਟਾਂ ਵੀ ਦੇਖੀਆਂ ਗਈਆਂ ਨੇ। ਮੌਕੇ ਦੇ ਉੱਤੇ ਜੋ ਇਸ ਦੇ ਨਾਲ ਹੁੰਦੇ ਨੇ ਉਹਨਾਂ ਦੇ ਵੱਲੋਂ ਤੁਰੰਤ ਪਾਣੀ ਪਾ ਕੇ ਇਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ ਤੇ ਨੌਜਵਾਨ ਦੀ ਮੌਤ ਹੋ ਗਈ ਸੀ। ਤਾਂ ਦੱਸ ਦਈਏ ਕਿ ਇੱਕ 21 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ। ਖੇਤਾਂ ਦੇ ਵਿੱਚ ਕੰਮ ਕਰਦੇ ਸਮੇਂ ਆਸਮਾਨੀ ਬਿਜਲੀ ਡਿੱਗੀ ਹੈ। ਹਾਲਾਂਕਿ ਮਾਮਲਾ ਕਪੂਰਥਲਾ ਦੇ ਸਿੰਧਵਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ 21 ਸਾਲ ਦਾ ਨੌਜਵਾਨ ਜਦੋਂ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਦੇ ਉੱਤੇ ਅਚਾਨਕ ਹੀ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ। ਕਿਹਾ ਜਾ ਰਿਹਾ ਕਿ ਸਿਰ ਤੇ ਉੱਪਰੋਂ ਆਸਮਾਨੀ ਬਿਜਲੀ ਡਿੱਗਦੀ ਹੈ ਤੇ ਪੈਰਾਂ ਦੇ ਰਾਹੀਂ ਆਸਮਾਨੀ ਬਿਜਲੀ ਬਾਹਰ ਨਿਕਲਦੀ ਹੈ ਤੇ ਨੌਜਵਾਨ ਇਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ। ਤਾਂ 21 ਸਾਲ ਦੇ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਆਸਮਾਨੀ ਬਿਜਲੀ ਡਿੱਗਣ ਦੇ ਨਾਲ।